हेलो, जल्दी जल्दी हम जा रुके हैं। होली और होली के बाद ये चुनाव का माहौल, लोकसभा चुनाव लुधियाना में, पंजाब में, इंडिया में, हर कहीं ये जो चुनाव का माहौल आता है 5 साल बाद और उसमें सरकार चुनी जाती है। और देखिए, ये कॉलेज के बाहर हम खड़े हैं, बच्चे रंग डाल रहे हैं, रंगों का त्यौहार, होली का त्यौहार। और उसके बाद जो त्यौहार दूसरा है वो है मेला, जो है चुनाव का। और जी की हाल चाल, थोड़ी की गल, तुम ऐसा पूछ आए हैं चुनाव गल करते हैं भी होली परसों है भी जवाक अजे ही मना लगे है भी इधर गल पता कि इलेक्शन है 2 महीने होने पंजाब दे, तैयारियां होने तो चालू हो गई ने। तो मोदी है, एक केजरीवाल हैगा वा, एक हैगी अकाली आ, एक कांग्रेस हैगी आ, तो थोड़े ख्याल दे विचार की दा पलड़ा भारी होगा भाई? ਭਾਜੀ ਕਾਂਗਰਸ ਨਹੀਂ, ਮੈਂ ਤਾਂ ਗੱਲ ਹੋਲੀ ਦੀ ਕਰਦਾ ਵੀ ਜਿਵੇਂ ਪਰਸੋਂ ਇਹਦੇ ਬਾਰੇ ਵੀ ਦੱਸ ਦਿਓ ਥੋੜ੍ਹਾ ਜਿਹਾ। ਇਲੈਕਸ਼ਨ ਭਾਜੀ ਇਹਨਾਂ ਦੇਖੀ ਦਾ ਨਹੀਂ ਹੁਣ, ਜਿੱਦੋਂ ਕਣਕ ਵਧੀਆ ਮਿਲ ਗਈ ਉਹ ਸਰਕਾਰ ਵਧੀਆ ਟਾਈਮ ਸਿਰ ਮਿਲ ਗਈ, ਰਾਜਨੀਤੀ ਸੋਚਿਆ ਕਰੋ। ਮੈਂ ਬੜਾ ਕੁਝ ਕਹਿ ਸਕਦਾ, ਮੈਂ ਬੋਲਾਂਗਾ ਨਹੀਂ। ਕੀ ਗੱਲ ਹੈ? ਨਹੀਂ ਬੋਲਦਾ ਸਾਰੇ ਤਾਂ ਬੋਲ, ਨਾ ਮੀਡੀਆ ਕਹਿ ਸਕਦਾ, ਮੀਡੀਆ ਕੀ ਕਹਿੰਦੀ ਹੈ? ਮੀਡੀਆ ਕਹੀ ਜਾਂਦਾ ਮੈਂ ਬੜਾ ਕੁਝ ਬੋਲ ਸਕਦਾ। 10 ਮਿੰਟ ਖੋਲ ਕੇ ਦੱਸ ਦੇ ਤੂੰ ਯਾਰ, ਮੈਂ ਵੀ ਤਾਂ ਗੱਲਾਂ ਕੱਢਣੀਆਂ। ਦੱਸ, ਮੈਂ ਮੰਨਦਾ ਤੁਹਾਡੀ ਗੱਲ, ਤੁਸੀਂ ਕਲਾਕਾਰ ਹੋ ਜਨਾਬ, ਅਸੀਂ ਤਾਂ ਆਮ ਬੰਦੇ ਨੇ, ਪੱਤਰਕਾਰ ਹੁੰਦਾ ਕਲਾਕਾਰ ਨਹੀਂ ਆ ਕਿ ਸਿਰਫ ਅਸੀਂ ਨਾ ਬੂ ਲੈਂਦੇ ਨੇ, ਕਲਾਕਾਰ ਦੱਸੀ ਜਾਂਦਾ ਦੇਖ। ਹਾਂ ਗੱਲ ਪਤਾ ਕੀ ਆ, ਆ ਗਏ ਭਾਈ ਤੋਂ ਗੱਲ ਲੱਗਦੇ ਤੁਹਾਡੇ। ਅੱਛਾ ਗੱਲ ਸੁਣੋ, ਹੋਲੀ ਦਾ ਤਿਹਾਰ ਹੈਗਾ ਵਾ, ਰੰਗਾਂ ਦਾ ਤਿਹਾਰ ਹੈਗਾ ਵਾ, ਉਹਨਾਂ ਦੀ ਵੋਟਾਂ ਆ ਰਹੀਆਂ ਨਾ ਐਮਪੀ ਦੀਆਂ, ਉਹ ਸਰਕਾਰ ਬੰਦ ਜਿਹੜੀ ਬੰਦੀ ਆ ਵਧੀਆ ਕੰਮ ਕਰਦੇ ਆ, ਬੜੇ ਖੁਸ਼ ਹੁੰਦੇ ਲੋਕ। ਤੁਹਾਡੇ ਗੱਲ ਕਿਹੜੀ ਸਰਕਾਰ ਵਧੀਆ ਆ ਰਹੀ ਹੈ? ਸਰਕਾਰ ਵਾਲ ਹੋਲੀ ਦੇ ਤਿਉਹਾਰ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਮੈਂ ਸਮਝਿਆ ਨਹੀਂ। ਵੈਸੇ ਇਲੈਕਸ਼ਨ ਇਲੈਕਸ਼ਨ ਹੈ ਤਾਂ ਤੂੰ ਖੜੇ ਸੀ ਐਸੇ ਕੰਮ ਸਰਵੇ ਕਰਨ ਆਏ ਹੈਗੇ ਆ। ਇਲੈਕਸ਼ਨ ਵਾਲੋ ਸਰਕਾਰ ਵਿੱਚ ਲੈਣਾ ਦੇਣਾ ਕੋਈ ਇਲੈਕਸ਼ਨ ਤਿਉਹਾਰ ਆਪਣੀ ਜਗ੍ਹਾ ਹਰੇ ਹਰ ਕੋਈ ਮਨਾਉਂਦਾ ਹੈ ਤਿਉਹਾਰ। ਪਹਿਲੇ ਜਿਹੜਾ ਵਧੀਆ ਹੋਊਗਾ ਸਰਕਾਰ ਉਹੀ ਕੰਮ ਕਰੂ, ਵਧੀਆ ਹੋਲੀ ਖੇਲੋ ਅਗਲੇ ਸਾਲ ਤੋਂ। ਜਿਹੜੀ ਤੱਕ ਜੇ ਮਾੜੀ ਸਰਕਾਰ ਆ ਗਈ ਤਾਂ ਮਾੜੀ ਮਾੜੀ ਵੀ ਆਈ ਤਾਂ ਵੀ ਅਸੀਂ ਆਪਣੇ ਪੈਸਿਆਂ ਨਾਲ ਹੋਲੀ ਖੇਲਣੀ ਹੈ, ਜੇ ਸਰਕਾਰ ਵਧੀਆ ਆਈ ਤਾਂ ਵੀ ਆਪਣੇ ਪੈਸਿਆਂ ਨਾਲ ਖੇਲਣੀ ਹੈ। ਸਰਕਾਰ ਜਿਹੜੀ ਮਰਜ਼ੀ ਆਵੇ ਹੋਲੀ ਦਾ ਤਿਉਹਾਰ ਨਾ ਮਿਟਾ ਸਕਦੇ ਨਾ ਮਿਟਦਾ। ਤਾਂ ਮੇਰੀ ਤੇਰੇ ਖਿਆਲ ਦੇ ਚੋਣ ਆ ਰਿਹਾ ਹੈਗਾ ਵਾ, ਤੂੰ ਦੱਸਦਾ ਤੇ ਨੌਜਵਾਨ ਹੈਗਾ ਤੇਰੀ ਸਰਕਾਰ, ਸਰਕਾਰ ਵੱਲੋਂ ਕੁਝ ਨਹੀਂ ਪਤਾ, ਪੋਲੀਟਿਕਸ ਆਪਣੀ ਜਗ੍ਹਾ ਹੈ, ਆਪਣਾ ਇੰਜੋਏ ਆਪਣੀ ਜਗ੍ਹਾ। ਕਾਂਗਰਸ ਆਊਗੀ ਜਾਂ ਮੋਦੀ ਆਊਗਾ ਜਾਂ ਫਿਰ ਕੇਜਰੀਵਾਲ ਆਊਗਾ? ਮੋਦੀ ਦਾ ਚਾਂਸ ਨਹੀਂ ਲੱਗਦਾ, ਕੇਜਰੀਵਾਲ ਜਾਂ ਕਾਂਗਰਸ ਸਾਰਾ ਹੋਇਆ ਮੋਦੀ ਦਾ। ਮੋਦੀ ਕਿੱਥੋਂ ਆ ਜਾਊਗਾ? ਕੇਜਰੀਵਾਲ ਹੁਣੇ ਜੇਲ੍ਹ 'ਚ ਪਿਆ, ਰਾਹੁਲ ਦਾ ਸਮਝ ਨਹੀਂ ਆ ਰਿਹਾ ਕੀ ਹੋਣਾ। ਸਰਕਾਰ ਤਾਂ ਬੀਜੇਪੀ ਦੀ ਚੱਲ ਰਹੀ ਫਿਲਹਾਲ ਹੈ ਤਾਂ, ਤੇ ਚੱਲਣੀ ਵੀ ਅੱਗੇ ਮੇਰੇ ਖਿਆਲ ਨਾਲ ਹੋਈ ਹੈ। ਕੈਮਰਾ ਕਿੰਨਾ ਸੁਣਦਾ ਲੱਗਦਾ ਇਧਰ ਆ ਬਾਈ, ਉਧਰ ਦੇਖ, ਆਹ ਦੇਖ ਦੇ ਯਾਰ, ਆ ਦੇਖਾ ਤਾਂ ਅੱਗੇ ਹੁਣ ਗੱਲ ਕਰਦਾ, ਅੱਖਾਂ ਦੇ ਅੱਖਾਂ 'ਚ ਪੈਂਦਾ, ਦੇਖੋ ਅੱਖਾਂ 'ਚ ਪੈਂਦਾ, ਅੱਖਾਂ 'ਚ ਨਾ ਪਾਓ ਬਾਈ, ਅੱਖਾਂ 'ਚ ਨਾ ਪਾਓ, ਅੱਖਾਂ 'ਚ ਕੋਈ ਗੱਲ ਨਹੀਂ। ਰੰਗ ਵਧੀਆ ਆ ਗਿਆ, ਪਹਿਲੇ ਮਿੱਟੀ ਵਾਲੇ ਰੰਗ ਹੁੰਦੇ ਸੀ ਨਾ, ਰੰਗ ਵਧੀਆ ਨੇ। ਹਾਂ ਅੱਛਾ, ਗੱਲ ਇੰਝ ਹੈਗੀ ਆ, ਤੂੰ ਮੂਸੇਵਾਲ ਪੂਰਿਆਂ ਨੂੰ ਪਕੜੀਆਂ, ਤੁਸੀਂ ਉਹੀ ਬਣੀ ਹੋਈ ਆ ਮੂਸੇਵਾਲ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ। ਹਾਂਜੀ ਹਾਂਜੀ। ਅੱਛਾ ਨਾ, ਉਸ ਪੁੱਛਣ ਆਏ ਸੀਗੇ ਵੀ ਜਿਹੜੇ ਇਲੈਕਸ਼ਨ ਹੋ ਰਹੇ ਆ ਨਾ, ਹਾਂਜੀ ਹਾਂਜੀ, ਇਹ 'ਚ ਕਾਂਗਰਸ ਵਧੀਆ ਆਊਗੀ ਜਾਂ ਆਪਣਾ ਬੀਜੇਪੀ ਆਊਗੀ ਜਾਂ ਫਿਰ ਅਕਾਲੀ ਆਣਗੇ? ਇਹਦੇ ਬਾਰੇ ਕੁਛ ਨਹੀਂ ਪਤਾ, ਵੋਟ ਹਾਂ ਬਣੀ ਆ, ਬਣੀ ਆ, ਫੇਰ ਬੋਲ ਸਕਦੇ ਕਾਂਗਰਸ ਜਾਂ ਬੀਜੇਪੀ? ਕਾਂਗਰਸ, ਕਾਂਗਰਸ ਆਉਂਦੀ ਆ ਮੁੰਡਾ, ਕਾਂਗਰਸ ਕਹਿੰਦਾ ਹੈਗਾ। ਤੇਰਾ ਤੇਰਾ ਕਿੰਨਾ ਸੋਹਣਾ ਰੰਗ ਲੱਗਦਾ ਬਹੁਤ ਵਧੀਆ, ਪਿੰਕ ਜਾਂ ਲੈ ਗੁਲਾਬੀ ਗੁਲਾਬੀ ਲੱਭੀ ਆ ਗੁਲਾਬੀ ਲੱਭੀ ਆ। ਜਿਹੜੀ ਆ ਗਈ ਆ ਗਈ, ਕੀ ਚਾਹੁੰਦਾ ਬੀਜੇਪੀ? ਆ ਜਾਊ ਬੀਜੇਪੀ, ਆ ਜਾਊ ਚੱਲ, ਕਹਿੰਦਾ ਬੀਜੇਪੀ ਆ ਜਾਊਗੀ। ਬੀਜੇਪੀ ਨਹੀਂ ਆਉਣੀ, ਪਤਾ ਕਿਨੇ ਨਹੀਂ ਆਉਣਾ, ਝਾੜੂ ਨਹੀਂ ਆਉਣਾ, ਫਿਰ ਝਾੜੂ ਫਿਰ ਆਊਗਾ, ਕਹਿੰਦੇ ਨਾਲ ਅੰਦਰ ਬੈਠਾ ਕੇਜਰੀਵਾਲ ਬੈਠਾ ਤਾਂ ਵੀ ਝਾੜੂ ਆਏਗਾ, ਲਾਜ਼ਮੀ ਇੱਕ ਤਾਂ ਮੰਨਦਾ, ਉਮੀਦ ਤੇ ਇਹ ਹੈ ਝਾੜੂ ਆਏਗਾ, ਆਮ ਪਾਰਟੀ ਆਏਗੀ। ਝਾੜੂ ਤੁਹਾਨੂੰ ਪਤਾ ਹਰੇਕ ਘਰ 'ਚ ਝਾੜੂ ਹੀ ਹੁੰਦਾ, ਬਾਕੀ ਸਭ ਕੁਝ ਹਰ ਪੰਜਾ ਪੁੰਜਾ ਚਲ ਗਿਆ, ਵੱਡੇ ਜਾਂਦੇ ਪੰਜੇ, ਝਾੜੂ ਥੋੜੀ ਜਾਂਦਾ, ਝਾੜੂ ਕਹਿੰਦੇ ਖਿਲਰ ਜਾਂਦਾ, ਝਾੜੂ ਖਿਲਰ ਜਾਂਦਾ ਓਏ, ਝਾੜੂ ਨਹੀਂ ਖਿਲਰਦਾ, ਝਾੜੂ ਜਦੋਂ ਪੈਂਦੀ ਵੀ ਉਦੋਂ ਵੀ ਠੀਕ ਹੁੰਦੀ ਹੈ, ਝਾੜੂ ਨਾਲ ਕੰਮ ਕਰਾਂਗੇ। ਹਾਂ ਇਹ ਵੀ ਗੱਲ ਠੀਕ ਹੈ ਜਨਾਬ, ਇਹ ਨਹੀਂ ਕਹਿੰਦਾ ਨਹੀਂ, ਸਾਲਾ ਹੋਇਆ ਝਾੜੂ ਹੀ ਲਾਉਣਾ, ਹੋਰ ਕੰਮ ਕਰਦਾ ਬੁੜੀਆਂ ਨੇ ਲਾਈ ਜਾਣਾ ਵਾ, ਨਹੀਂ ਜਸ ਮੇਰੇ ਹਿਸਾਬ ਨਾਲ ਕੇਜਰੀਵਾਲ ਹੀ ਹੈ। ਕੇਜਰੀਵਾਲ ਆ, ਉਹਦੇ ਦੇਖੋ ਮੁੰਡੇ ਦਾ ਰੰਗ, ਠੀਕ ਆ ਕੇਜਰੀਵਾਲ ਆਵੇ ਕੋਈ ਆਵੇ। ਉਹ ਕੀ ਹਾਲ ਚਾਲ ਤੁਹਾਡਾ? AJL 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 ਕਰ ਲਿਓ, ਹਲੋ ਲੈ ਲਓ ਕਾਰ ਸਾਡੇ ਕੋਲ ਹੈ ਨਹੀਂ, ਥੋੜ੍ਹੀ ਜਿਹੀ ਆ, ਉਹਦੀ ਲਿਖ ਲਿਓ AJL। ਹਾਂ ਕਾਕਾ ਦੱਸੋ ਤੁਸੀਂ, ਕੱਲ੍ਹ ਫੜ ਕਾਕੇ ਇੰਜ ਆ, ਕੀ ਗੱਲ ਤੁਸੀਂ ਹੋਲੀ ਖੇਡਦੇ ਹੋ ਹੁਣੇ? ਅਸੀਂ ਨਹੀਂ ਖੇਡਦੇ। ਅੱਛਾ, ਅਸੀਂ ਕਿੱਧਰ ਜਾ ਰਹੇ ਹੋ? ਅਸੀਂ ਗੁਰਦੁਆਰੇ ਮੱਥਾ ਟੇਕ ਕੇ ਆਏ ਹੁਣੇ। ਅੱਛਾ, ਮੋਲ ਟਾਊਨ ਤੋਂ? ਅੱਛਾ, ਬਾਬਾ ਦੀਪ ਸਿੰਘ ਗੁਰਦੁਆਰੇ। ਅੱਛਾ, ਨਹੀਂ ਅਸੀਂ ਗੱਲ ਫੋਨ ਕਰ ਰਹੇ ਸੀਗੇ, ਵੋਟਾਂ ਪੈ ਰਹੀਆਂ ਨੇ, ਬਾਦਲ ਹੈਗਾ ਇੱਕ ਆਪਣਾ, ਕੇਜਰੀਵਾਲ ਆ, ਕਾਂਗਰਸ ਆ, ਕੇਜਰੀਵਾਲ ਦਾ ਕਹਿੰਦੇ ਰਾਤੀ ਚੱਕਿਆ ਗਿਆ। ਅੱਛਾ, ਹਾਂਜੀ, ਫਿਰ ਰਹਿ ਕਿਹੜੇ ਕਿਹੜੇ ਗਏ ਪਿੱਛੇ? ਰਹਿ ਤਾਂ ਹੁਣ ਪਤਾ ਨਹੀਂ, ਰਹਿ ਗਏ ਇੱਕ ਬਾਦਲ ਰਹਿ ਗਿਆ, ਹਾਂਜੀ, ਇੱਕ ਰਾਹੁਲ ਗਾਂਧੀ ਰਹਿ ਗਿਆ, ਗਾਂਧੀ ਤਾਂ ਉਹ ਹੀ ਨਹੀਂ ਆਉਣ ਲੱਗਾ। ਅੱਛਾ,
ਹੁਣ ਬਾਦਲ ਤੇ ਮੋਦੀ ਜੀ ਹੈਗਾ ਵਾ ਵੈਸੇ ਬਾਦਲ ਹੀ ਆਊਗਾ ਆਪਣੇ ਲੱਗ ਰਿਹਾ ਇੱਧਰ ਚਲ ਠੀਕ ਹੈ ਜੀ ਕਹਿੰਦੇ ਸੀ ਉਹ ਤੇ ਚੱਕੇ ਹੀ ਆ ਕਹਿੰਦੇ ਹਾਂ ਉਹ ਕੀ ਹਾਲ ਹੈ ਤੇਰਾ ਰੰਗ ਰੋਗ ਨਹੀਂ ਲਾਇਆ ਤੂੰ ਰੰਗ ਲਾਇਆ ਮੈਂ ਜਿਹਦੀ ਦਾਰੂ ਵਧੀਆ ਹੋਈ ਹਾਂ ਉਹ ਸਰਕਾਰ दारू पीनी नहीं चाहिए आदि यूथ ने बहुत गलत चीज है ना भाई दारू करके सारे अंदर बैठे हो भाई आ देखो पी के बंदा इदा तो होता है करो भाई इधर फोकस करो थोड़ा मोदी आ रहे राहुल आ रहे हैं भाई आप नहीं नॉन पोलिटिकल बैकग्राउंड के बंदे आप ना सोचना ना कुछ आम आदमी पार्टी कंटिन्यू होगी सर आम आदमी पार्टी का काम वधिया पंजाब च ओही कंटिन्यू होएगी झाड़ू वाले मेनू लगदा मोदी ਆਸੀਂ ਨੂੰ 250 ਰੁਪਏ ਮੈਨੂੰ ਲੱਗਦਾ ਆਮ ਆਦੀ ਪਾਰਟੀ ਬੋਤਲ ਪਿਛੇ ਵੇਖੀ ਜਾਂਦੇ ਨੇ ਖਾਲੀ ਬੋਤਲ ਚਲੋ ਦੇਖਦੇ ਆ ਕੇ ਹੋਰ ਦੇਖਦੇ ਆ ਕੇ ਹਾਂ ਹਾਂ ਏ ਜੀਐਲ ਲਿਖ ਲਿਓ ਏ ਜੀਐਲ ਹਾਂ ਏ ਜੀਐਲ ਲਿਖ ਲਓ ਬਸ ਮੱਲੇ ਵਾਲੇ ਤੁਸੀਂ ਸਾਰੇ ਮੱਲੇ ਵਾਲੇ ਹੋ ਮੂਹਰ ਤੁਸੀਂ ਪਹਿਲੇ ਲਗੋਏ ਹੋਏ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਮੁੰਡੇ ਖੁੰਡੇ ਤੁਸੀਂ ਜਾਓ ਕੋਈ ਗੱਲ ਨਹੀਂ ਨਿਕਲ ਜਾਓ ਹਾਂ ਆਹੋ ਆ ਜਾਓ ਇੱਧਰ ਨੂੰ ਜਰਾ ਮੱਲੇ ਵਾਲੇ ਹਾਂ ਅਸੀਂ ਦੇਖ ਯਾਰ ਉੱਧਰ ਗੱਡੀ ਵੀ ਆ ਰਹੀ ਹੈ ਅਸੀਂ ਕਿਹੜਾ ਇੱਥੇ ਸਾਰੇ ਮੁੰਡੇ ਖੁੰਡੇ ਹੀ ਆ ਰੰਗ ਲਾ ਰਹੇ ਨੇ ਕਹਿੰਦੇ ਹੋਲੀ ਆ ਗਈ ਮੈਂ ਕਿਹਾ ਹੋਲੀਆਂ ਤਾਂ ਆਉਂਦੀਆਂ ਰਹਿਣੀਆਂ ਹੈਗੀਆਂ ਜਾਂਦੀਆਂ ਰਹਿਣੀਆਂ ਹੈਗੀਆਂ ਨੇ ਪਰ ਜਿਹੜੀ ਸਰਕਾਰ 5 ਸਾਲ ਚੱਲਦੀ ਹੈ ਨਾ ਉਹ ਚੰਗੀ ਚੋਣੀ ਚਾਹੀਦੀ ਹੈਗੀ ਹੈ ਹਾਂਜੀ ਹਾਂਜੀ ਜੀ ਇਹ ਤਾਂ ਸਰਕਾਰ ਆਪਾਂ ਚੰਗੀ ਚੁਣਾਂਗੇ ਤਾਂ ਚੰਗੇ ਕੰਮ ਹੋਣਗੇ ਇਹ ਤਾਂ ਮੇਜਰ ਡਿਸੀਜਨ ਆ ਜੀ ਹਾਂ ਇਹ ਮੁੰਡੇ ਹੋਲੀ ਹੋਲੀ ਮੈਂ ਹੋਲੀਆਂ ਯਾਰ ਹੋਲੀ ਦਾ ਤਾਂ ਚਲੋ ਹਰ ਸਾਲ ਆਉਣੀ ਆ ਸਰਕਾਰਾਂ ਦਾ ਵੀ ਬਹੁਤ ਜ਼ਰੂਰੀ ਹੈ ਸਰਕਾਰਾਂ ਦਾ ਰੋਲ ਬਹੁਤ ਮੈਟਰ ਕਰਦਾ ਆ ਬਿਲਕੁਲ ਨੌਕਰੀਆਂ ਤਾਂ ਹੀ ਮਿਲਣਗੀਆਂ ਹਾਂਜੀ ਹਾਂਜੀ ਤੇ ਜਿਹੜੇ ਆਪਣੇ ਸੜਕਾਂ ਇਨਫਰਾਸਟ੍ਰਕਚਰ ਸਾਰਾ ਵਧੀਆ ਤਾਂ ਹੀ ਮੁੰਡੇ ਸਰਕਾਰ ਵਧੀਆ ਹੋਊਗੀ ਭਾਈ ਤੁਹਾਡੇ ਖਿਆਲ 'ਚ ਕਿਹੜਾ ਵਾ ਰਾਹੁਲ ਆ ਮੋਦੀ ਆ ਇਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਤਾਂ ਹੁਣ ਜੋ ਰਿਜ਼ਲਟ ਹੋਊਗਾ ਓਵਰਆਲ ਉਹ ਤੇ ਡਿਪੈਂਡ ਆ ਤੁਹਾਡੇ ਮਨ 'ਚ ਕੀ ਕਰਦਾ ਤੁਸੀਂ ਕੀ ਸੋਚਦੇ ਹੋ ਮੇਰੇ ਆਪਣੇ ਅਕੋਰਡਿੰਗ ਮੋਦੀ ਹੋ ਸਕਦਾ ਕਿਉਂਕਿ ਉਹਦੇ ਚਾਂਸਸ ਜ਼ਿਆਦਾ ਬਿਕੋਜ਼ ਰੀਸੈਂਟਲੀ ਰਾਮ ਮੰਦਿਰ ਜਿਹੜਾ ਉਹਨੇ ਓਪਨ ਕੀਤਾ ਨਾ ਉਹਦੇ ਕਰਕੇ ਉਹਦੀ ਵੋਟਿੰਗ ਵੱਧ ਗਈ ਆ ਤਾਂ ਹਾਂਜੀ ਤਾਂ ਉਹਨੂੰ ਲੋਕ ਹੁਣ ਸਪੋਰਟ ਬਹੁਤ ਕਰ ਰਹੇ ਆ ਪਰ ਪੰਜਾਬ 'ਚ ਹੈ ਨਹੀਂ ਉਹਦਾ ਰਾਹੁਲ ਆਪਣਾ ਬਾਦਲ ਆਊਗਾ ਮੈਂ ਤਾਂ ਕਹਿੰਦਾ ਜੀ ਬਾਦਲ ਆਵੇ ਉਹ ਵਧੀਆ ਸਭ ਤੋਂ ਹਾਂਜੀ ਹਾਂਜੀ ਉਹ ਆਪਣਾ ਵਧੀਆ ਭਲਾਈ ਦਾ ਕੰਮ ਕਰਦੇ ਜੀ ਅੱਛਾ ਅੱਛਾ ਹਾਂਜੀ ਹਾਂਜੀ ਵਧੀਆ ਨਸ਼ਾ ਨੁਸ਼ਾ ਲਾ ਦਿੰਦੇ ਕੋਈ ਚੱਲ ਵਧੀਆ ਹੈਗਾ ਬਾ ਚੱਲ ਚੰਗੀ ਵਧੀਆ ਜੀ ਬਾਦਲ ਵਧੀਆ ਜੀ ਬਾਦਲ ਦੇ ਟਾਈਮ 'ਚ ਬਹੁਤ ਵਿਕਾਸ ਹੋਇਆ ਆਪਣੇ ਪੰਜਾਬ ਦਾ ਜੀ ਹਾਂਜੀ ਚਾਹੇ ਜਿੱਦਾਂ ਦੇ ਮਰਜ਼ੀ ਆ ਪਰ ਆਪਣੇ ਪੰਜਾਬ ਕਰ ਲਈ ਹੋਣੇ ਹਾਂਜੀ ਹਾਂਜੀ ਪਰ ਅੱਛਾ ਤੁਸੀਂ ਕਹਿੰਦੇ ਬਾਦਲ ਦੇ ਵਿਕਾਸ ਵੱਧ ਹੋਏ ਸੀ ਉਸ ਵੇਲੇ ਹਾਂਜੀ ਹਾਂਜੀ ਵਧੀਆ ਠੀਕ ਹੈ ਚਲੋ ਨੌਜਵਾਨ ਠੀਕ ਹੈ ਚੱਲ ਆਏ ਜਰਾ ਇੱਧਰ ਨੂੰ ਲਗਾਓ ਲਗਾਓ ਉੱਧਰ ਹੋਲੀ ਆ ਜੀ ਹੋਲੀ ਆ ਬਾਈ ਹੋਲੀ ਆ ਹੋਲੀ ਦਾ ਤਾਂ ਮੇਲਾ ਹੈਗਾ ਹੀ ਹੈਗਾ ਮੇਲਾ ਆ ਰਿਹਾ ਕੇਜਰੀਵਾਲ ਦਾ ਰਾਹੁਲ ਗਾਂਧੀ ਦਾ ਮੋਦੀ ਦਾ ਤੇ ਬਾਦਲਾਂ ਦਾ ਉਹ ਮੇਲੇ ਬਾਰੇ ਤੁਹਾਡਾ ਕੀ ਖਿਆਲ ਆ ਉਹ ਚ ਕਿਹੜਾ ਬਾਜੀ ਮਾਰੂਗਾ ਉਹ ਮੇਲੇ ਜਿੱਦਾਂ ਜੀ ਉਹ ਹਰ ਸਾਲ ਰੰਗ ਬਦਲਦੇ ਹੀ ਹੈ ਜੀ ਰੰਗ ਬਦਲਦੇ ਆ ਉਹ ਹਰ ਸਾਲ ਬਦਲਦੇ ਜੀ ਰੰਗ ਜਿੱਦਣ ਤੋਂ ਬਾਅਦ ਬਦਲ ਜਾਂਦੇ ਆ ਹਾਂਜੀ ਉਹ ਤਾਂ ਇਦਾਂ ਹੈਗੇ ਨੇ ਕਿ ਬਸ ਅੱਜ ਰੰਗ ਕੋਈ ਹੋਰ ਆ ਜਦੋਂ ਆ ਗਏ ਜਦੋਂ ਚੂਜ਼ ਹੋ ਗਏ ਫਿਰ ਉਹਨਾਂ ਨੇ ਅਸਲੀ ਆਪਣੇ ਰੰਗ ਦਿਖਾਣੇ ਫਿਰ ਉਹਨਾਂ ਨੇ ਆਪਣੇ ਪੱਕੇ ਰੰਗ ਦਿਖਾਣੇ ਆ ਪਹਿਲਾਂ ਨਾ ਨਹੀਂ ਪਹਿਲਾਂ ਉਹ ਹੁੰਦੇ ਕੱਚੇ ਰੰਗ ਜਦੋਂ ਲੱਗ ਜਾਂਦੇ ਨੇ ਫਿਰ ਕਹਿੰਦੇ ਨਹੀਂ ਭਾਜੀ ਆਪਾਂ ਹਫ਼ਤੇ ਤੋਂ ਪਹਿਲਾਂ ਨਹੀਂ ਉਤਰਨਾ ਉਹ ਪਹਿਲਾਂ ਹੁੰਦੀ ਹੈ ਗੁਲਾਲ ਫਿਰ ਬਣ ਜਾਂਦੀ ਗਰੀਸ 5 ਸਾਲ ਉਤਰਨਾ ਹੀ ਨਹੀਂ ਪੱਕਾ ਜੋੜ ਨਹੀਂ ਹੈਗੇ ਨਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਨਾ 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 ਹੁਣ ਤਾਂ ਘਰ ਘਰ ਆਣਗੇ ਤੁਹਾਡੇ ਪਾਪਾ ਹੀ ਕਹਿਣਗੇ ਚਲੋ ਵੋਟ ਇਹਨੂੰ ਪਾ ਦੇ ਬੰਦਾ ਵਧੀਆ ਹੈਗਾ ਅਸੀਂ ਤਾਂ ਪਾਉਂਦੇ ਨਹੀਂ ਤਾਂ ਹੀ ਵੋਟ ਅਸੀਂ ਪਾਉਂਦੇ ਹੀ ਨਹੀਂ ਵਾ ਵੋਟ ਯਾਰ ਪਾਇਆ ਕਰੋ ਵੋਟ ਪਤਾ ਗੱਲ ਕੀ ਹੈਗੀ ਖਰਾਬ ਨਹੀਂ ਕਰਨੀ ਹੈਗੀ ਆਪਣੀ ਹੋਰ ਕੀ ਹਾਲ ਚਾਲ ਹੈ ਉਹ ਯਾਰ ਗੱਲ ਪਤਾ ਕੀ ਹੈਗੀ ਆ ਵੋਟਾਂ ਦੀ ਗੱਲ ਸੀ ਮੋਦੀ ਨੂੰ ਜਿਤਾਣਾ ਕਹਿੰਦੇ ਕਿ ਰਾਹੁਲ ਨੂੰ ਜਿਤਾਣਾ ਨਹੀਂ ਜੀ ਮੋਦੀ 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 ਆਖਾ ਮੋਦੀ ਕਹਤਾ ਨਹੀਂ ਏਜੀਐਲ ਜੀ ਦੇਖੋ ਤੁਸੀਂ ਹੈ ਮੋਦੀ ਆ ਰਾਹੁਲ ਹੈ ਕੇਜਰੀਵਾਲ ਹੈ ਬਾਦਲ ਹੈ ਕੇਜਰੀਵਾਲ ਤਾਂ ਅੰਦਰ ਗਿਆ ਜੀ ਕੇਜਰੀਵਾਲ ਤਾਂ ਅੰਦਰ ਗਿਆ ਕੇਜਰੀਵਾਲ ਤਾਂ ਅੰਦਰ ਗਿਆ ਅੰਦਰ ਫਿਰ ਰਹਿ ਗਏ ਹੁਣ 3 ਬੰਦੇ ਬਾਦਲ ਰਹਿ ਗਿਆ ਰਾਹੁਲ ਰਹਿ ਗਿਆ ਤੇ ਮੋਦੀ ਰਹਿ ਗਿਆ ਮੋਦੀ ਆਂ ਦੋ ਭਾਈ ਮੋਦੀ ਨੇ ਰਾਮ ਲਿਆ ਹੁਣ ਰਾਮ ਮੋਦੀ ਨੂੰ ਲਾਵਾਂਗੇ ਸਿਰ ਜੀ ਰਾਮ ਲਿਆਂਦਾ ਤੁਸੀਂ ਹੁਣ ਬਾਕੀ ਇੰਨੀ ਕ ਗੱਲ ਆ ਜੇ ਮੋਦੀ ਪੰਜਾਬ ਲਈ ਕੁਝ ਕਰ ਦੂਗਾ ਫਿਰ ਥੋੜਾ ਜਿਹਾ ਪੰਜਾਬ ਤੋਂ ਵੀ ਉਹਨੂੰ ਵੋਟ ਮਿਲੂਗੀ ਨਹੀਂ ਤਾਂ ਗਾਲਾਂ ਹੀ ਮਿਲਣਗੀਆਂ ਗਾਲਾਂ ਵੀ ਜਣੀਆਂ ਕਰਨੀ ਹੈਗੀ ਆ ਮੁੰਡੇ ਬਾਲ ਸੋਲੇ ਹੈਗੇ ਆ ਰੰਗ ਨਹੀਂ ਪਾਇਆ ਕਿ ਬਾਲਾਂ ਤੇ ਨਹੀਂ ਭਰਾ ਨੇ ਹੀ ਆਪਣੇ ਰੰਗ ਰੂਪ ਚ ਪਾਈ ਫਿਰਦੇ ਆ ਹਾਂਜੀ ਵਧੀਆ ਗੱਲ ਹੈਗੀ ਆ ਇਹ ਜਾਂ ਦੇਖੀ ਨਾ